ਤੇ ਕਿੱਦਾਂ ਦੋਸਤੋ, ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਗੇ। ਸਭ ਨਾਲ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ। ਇਹ ਕੀ ਬਾਤ ਹੈ, ਤੁਸੀਂ ਕੀ ਸੋਚ ਰਹੇ ਹੋਗੇ ਕਿ ਇੰਟਰੋ ਕਿੱਥੇ ਆ ਜੀ, ਇੰਟਰੋ ਤੋਂ ਬਗੈਰ ਹੀ ਗੁਜ਼ਾਰਾ ਕਰੋ। ਤੋ ਚਲੇ ਸ਼ੁਰੂ ਕਰਦੇ ਹੈਂ। ਰੀਸੈਂਟ ਜੀ ਗੁਰੂ ਰੰਧਾਵਾ ਬਾਈ ਨੇ ਆਦੀ ਇੱਕ ਪੋਰਟਰੇਟ ਨੂੰ ਟਿਕਟੋਕ ਤੇ ਸ਼ੇਅਰ ਕੀਤਾ, ਜਿਹਦੇ ਪਿੱਛੇ ਬੈਕਗ੍ਰਾਉਂਡ ਸਾਊਂਡ ਤੇ ਉਹਨੇ ਸਿੱਧੂ ਮੂਸੇਵਾਲੇ ਬਾਈ ਦੀ ਪਾਪੀ ਟਰੈਕ ਨੂੰ ਪਲੇ ਕੀਤਾ ਹੋਇਆ ਸੀ। ਜਿਵੇਂ ਕਿ ਕਰਨ ਔਜਲਾ ਬਾਈ ਦੀ ਤੋਬਾ ਤੋਬਾ ਟਰੈਕ ਵੀ ਬੋਰਡ ਤੇ ਗਈ। ਕਰਨ ਔਜਲਾ ਬਾਈ ਗਲੋਬਲ ਟੌਪ ਆਰਟਿਸਟ ਦੇ ਵਿੱਚ ਆਏ ਜੀ। ਸਪੋਟੀਫਾਈ ਦੇ ਕਰਨ ਔਜਲਾ ਬਾਈ ਉਹਨਾਂ 500 ਆਰਟਿਸਟਾਂ ਦੇ ਵਿੱਚ ਆ ਗਏ ਜਿਹੜੇ ਕਿ ਗਲੋਬਲੀ ਮੋਸਟ ਸਟ੍ਰੀਮਡ ਹੁੰਦੇ ਨੇ ਮੰਥਲੀ ਬੇਸਿਸ ਤੇ। ਜਿੱਥੇ ਕਿ ਤੋਬਾ ਤੋਬਾ ਟਰੈਕ ਤੇ ਸਾਰੇ ਰੀਲਾਂ ਬਣਾ ਰਹੇ ਨੇ, ਉੱਥੇ ਵੱਡੇ ਪੋਲੀਟੀਸ਼ੀਅਨ ਵੀ ਇਹਨਾਂ ਦੇ ਰੀਲਾਂ ਬਣਾ ਰਹੇ ਨੇ। ਮਜ਼ਾ ਨਹੀਂ ਆ ਰਹਾ ਹੈ। ਕਰਤੇ ਹੈ ਕੁਛ, ਕਰਤੇ ਹੈ ਹਮ ਕਰਤੇ ਹੈ ਪ੍ਰਬੰਧ। ਹੁਣ ਤੁਸੀਂ ਮੋਦੀ ਜੀ ਨੂੰ ਵੇਖ ਲੈਣ ਦੇ ਡਾਂਸ ਕਰਦੇ ਹੋਇਆ, ਬਟ ਇੱਥੇ ਹੀ ਪਾਕਿਸਤਾਨ ਦੇ ਐਕਸ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੀ ਵੀ ਇੱਕ ਸੇਮ AI ਜਨਰੇਟਡ ਕਲਿੱਪ ਵਾਇਰਲ ਹੋ ਰਹੀ, ਜਿਹਦੇ ਚ ਤੋਬਾ ਤੋਬਾ ਦੇ ਹੁੱਕ ਸਟੈਪ ਤੇ ਡਾਂਸ ਕਰ ਰਹੇ ਨੇ। ਇਹ ਸਭ ਕਿਆ ਦੇਖਣਾ ਪੜ ਰਿਹਾ। ਸੁੱਖੇ ਦੀ ਨਵੀਂ EP 2003 ਦੇ ਵਿੱਚ ਇੱਕ ਟਰੈਕ ਜਿਹੜੀ ਜੈਰੀ ਦੇ ਗਾਣੇ ਤੋਂ ਕਾਪੀ ਹੈ ਉਹਦੀ ਗੱਲ ਕਰ ਲੈਂਦੇ, ਤੇ ਸੁੱਖੇ ਨੇ 6 ਟਰੈਕਸ ਦੇ ਨਾਲ 2003 EP ਨੂੰ ਰਿਲੀਜ਼ ਕਰਤਾ ਹੈ। ਬਟ ਇਹਦੀ ਜਿਹੜੀ ਮੇਨ ਟਰੈਕ ਜਿਹਦੀ ਵੀਡੀਓ ਵੀ ਰਿਲੀਜ਼ ਕੀਤੀ ਗਈ ਜਿਹਦਾ ਟਾਈਟਲ ਹੈ ਆ ਸਕੈਮ, ਇਹ ਟਰੈਕ ਦਾ ਮਿਊਜ਼ਿਕ ਇਹਦੀ ਕੰਪੋਜੀਸ਼ਨ ਸੇਮ ਟੂ ਸੇਮ ਸੈਂਪਲ ਜੈਰੀ ਦੀ ਰਾਹ ਐਲਬਮ ਵਿੱਚ 1 of 1 ਟਰੈਕ ਦੇ ਨਾਲ ਕਾਫੀ ਰਿਜ਼ੈਂਬਲ ਕਰਦੇ ਨੇ। ਪਹਿਲੇ ਸੁੱਖੇ ਦੀ ਟਰੈਕ ਸੁਣੋ। ਉਹਨਾਂ ਨੂੰ ਪੁੱਛ ਲੋ ਸਾਡੇ ਬਾਰੇ, ਮੈਂ ਕਿਹਾ ਪੁੱਛ ਰੰਜ ਕਿੰਨੇ ਮਾਰੇ। ਆਪਕਾ ਆਵਾਜ਼ ਕਿਧਰ ਦੇਖੇ ਲੱਗਤਾ ਹੈ ਮੇਰੇ ਕੋ। ਬੋਲੋ ਹਾਂ ਤੁਸੀਂ ਜੈਰੀ ਬਾਈ ਦੀ 1 of 1 ਟਰੈਕ ਸੁਣੋ। ਕਹਿ ਰਹਾ ਜਾ ਕੇ ਦੁਨੀਆ ਤੋਂ ਪੁੱਛ, ਜਾ ਕੇ ਕੁੜੀਆਂ ਤੋਂ ਪੁੱਛ ਮੇਰਾ ਤਾਂ। ਸਿੱਧੂ ਮੂਸੇਵਾਲੇ ਬਾਈ ਦੇ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ। ਅੱਛਾ, ਉਸ ਤੋਂ ਪਹਿਲੇ ਆਪਾਂ ਸਾਹਿਲ ਚੀਮਾ ਬਾਈ ਦੀ ਗੱਲ ਕਰ ਲਈ। ਰੀਸੈਂਟ ਜੀ ਕਰਨ ਔਜਲਾ ਬਾਈ ਨੇ ਸਾਹਿਲ ਚੀਮਾ ਨੂੰ ਇੰਸਟਾਗ੍ਰਾਮ ਤੇ ਫਾਲੋ ਕਰ ਲਿਆ। ਵਾਓ, ਕਿਉਂਕਿ ਸਾਹਿਲ ਚੀਮਾ ਬਾਈ Day 1 ਤੋਂ ਕਰਨ ਔਜਲਾ ਬਾਈ ਦੇ ਨਾਲ ਟੱਚ ਹੈ ਸਨ। ਮੇਰੇ ਮੈਨੂੰ ਮੈਨੀਫੈਸਟ ਕਰਨ ਦੀ ਪਾਵਰ ਦਾ ਅੰਦਾਜ਼ਾ ਹੋ ਗਿਆ ਕਿ ਤੁਸੀਂ ਕੁਝ ਵੀ ਮੈਨੀਫੈਸਟ ਕਰੋ ਅਚੀਵ ਕਰ ਲੈਂਦੇ ਜੇ। ਮੈਨੀਫੈਸਟ ਵੀ ਕਰੇ ਨਾਲ ਕਰੇ ਮਿਹਨਤਾਂ। ਰੀਸੈਂਟ ਜੀ ਸਾਹਿਲ ਚੀਮਾ ਬਾਈ ਨੇ ਆਪਣੇ ਨਵੇਂ ਸੌਂਗ ਦਾ ਪੋਸਟਰ ਵੀ ਡ੍ਰੌਪ ਕੀਤਾ ਇੰਸਟਾਗ੍ਰਾਮ ਤੇ। ਇਹ ਤਾਂ ਲੇਟੈਸਟ ਨਿਊਜ਼ ਹੈ ਜਿਹਦਾ ਕਿ ਟਾਈਟਲ ਹੈ ਬੈਂਕ ਰੋਲ। ਗਾਣਾ ਜਲਦੀ ਰਿਲੀਜ਼ ਕੀਤਾ ਜਾਏਗਾ, ਮਿਊਜ਼ਿਕ ਜੀਪ ਪੰਕ ਦਾ ਗੁੱਡ ਹੋ ਗਿਆ ਜੀ। ਇਹਦੇ ਪੋਸਟਰ ਵਿੱਚ ਤੁਸੀਂ ਟੋਨੀ ਮੋਂਟਾਨਾ ਦੇ ਪੋਰਟਰੇਟ ਨੂੰ ਵੇਖ ਸਕਦੇ ਜੇ, ਜਿਹਦਾ ਕਿ ਕਰਨ ਔਜਲਾ ਬਾਈ ਨੇ ਆਪਣੇ ਗਾਣੇ 'ਚ ਰੈਫਰੈਂਸ ਦਿੱਤਾ ਹੋਇਆ। ਹੁਣ ਆਪਾਂ ਕਰਨ ਔਜਲਾ ਬਾਈ ਦੇ ਹੂ ਦੇ ਸੌਂਗ ਦੀ ਮਿਊਜ਼ਿਕ ਵੀਡੀਓ ਦਾ ਰਿਵਿਊ ਕਰ ਲੈਂਦੇ ਹਾਂ। ਚਲੋ ਬਾਈ, ਤੇ ਵੀਡੀਓ ਡਾਇਰੈਕਟ ਕੀਤੀ ਕਰਨ ਮਨੀ ਬਾਈ ਉਹਨਾਂ ਨੇ। ਐਸ ਪਰ ਕਰਨ ਮਨੀ ਸਟਾਈਲ ਵੀਡੀਓ ਸੇਮ ਪ੍ਰੀਵੀਅਸ ਵੀਡੀਓਜ਼ ਦੇ ਵਾਂਗ ਯੂਨੀਕ ਹੈਗੀ, ਇਹਦੇ 'ਚ ਆਪਾਂ ਨੂੰ VCR ਮੂਵੀਜ਼ ਵਾਲੀ ਵਾਈਬ ਵਾਲਾ ਟੱਚ ਵੇਖਣ ਨੂੰ ਮਿਲਦਾ ਹੈ। ਇਹਨਾਂ ਦੇ ਤੂੰ ਨਾਉਣ ਲਈ ਜਾਨੀ ਹੈ, ਉਹ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨਹੀਂ ਜਾਣਦੇ। ਵੀਡੀਓ 'ਚ ਕਾਫੀ ਮਲਟੀਪਲ ਸ਼ਾਰਟਸ ਐਸੀ ਕਲਿੱਪਸ ਕੈਪਚਰ ਕੀਤੀਆਂ ਗਈਆਂ ਕਰਨ ਔਜਲਾ ਬਾਈ ਦੀਆਂ, ਜਿੱਥੇ ਤੁਸੀਂ ਕਰਨ ਔਜਲਾ ਬਾਈ ਨੂੰ ਸ਼ੁਭਮਨ ਗਿੱਲ ਨਾਲ ਸਟੇਡੀਅਮ 'ਚ ਵੇਖ ਸਕਦੇ ਜੇ, ਵਿਕੀ ਕੌਸ਼ਲ ਵਾਲੀ ਤੋਬਾ ਤੋਬਾ ਟਰੈਕ ਦੀ ਸ਼ੂਟਿੰਗ ਦੇ ਬਿਹਾਈਂਡ ਦਾ ਸੀਨਸ ਵੇਖ ਸਕਦੇ ਜੇ, ਤੇ ਹੋਰ ਵੀ ਬਾਲੀਵੁੱਡ ਦੇ ਮੈਂ ਤੇ ਕਾਫੀ ਸੀਨਸ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਜੇ। ਇਹਨਾਂ ਦੇ ਤੂੰ ਨਾਉਣ ਲਈ ਜਾਨੀ ਹੈ, ਉਹ ਮਿੱਤਰਾਂ ਨੂੰ ਜਾਣਦੇ ਆ। ਬਟ ਇਹ ਵੀਡੀਓ ਦਾ ਜਿਹੜਾ ਮੋਸਟ ਟ੍ਰੈਜਿਕ ਸੀਨ ਹੈ ਉਹ ਕਰਨ ਔਜਲਾ ਬਾਈ ਦਾ ਔਨ ਸਟੰਟ ਕਰਨ ਵਾਲਾ ਐਕਸੀਡੈਂਟ ਵਾਲਾ ਸੀਨ ਹੈ, ਤੇ ਇਹ ਸੀਨ ਦੇ ਵਿੱਚ ਕਰਨ ਔਜਲਾ ਬਾਈ ਕਾਫੀ ਇੰਜਰਡ ਵੀ ਹੋ ਗਏ, ਤੇ ਉਹਨਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਵੀ ਉਹਨੂੰ ਸ਼ੇਅਰ ਕੀਤਾ ਹੈ। ਟੌਮ ਕਰੂਜ਼ ਨਾਲ ਆਪਣੇ ਆਪ ਨੂੰ ਕੰਪੇਅਰ ਕਰਦੇ ਹੋ ਕਿ ਜਿਵੇਂ ਟੌਮ ਕਰੂਜ਼ ਆਪਣੇ ਸਟੰਟਸ ਆਪ ਕਰਦਾ, ਮੈਂ ਵੀ ਆਪਣੇ ਸਟੰਟਸ ਆਪ ਕਰਨਾ। ਨਾਲ ਉਹਨਾਂ ਨੇ ਟੌਮ ਕਰੂਜ਼ ਨੂੰ ਮੈਂਸ਼ਨ ਕੀਤਾ ਆਪਣੀ ਇੰਸਟਾਗ੍ਰਾਮ ਸਟੋਰੀ ਤੇ। ਔਰ ਮੈਂ ਵੀ ਕਰਨ ਔਜਲਾ ਬਾਈ ਆਪਣੇ ਕਿਸੇ ਅਪਕਮਿੰਗ ਸੌਂਗ 'ਚ ਇਸ ਇੰਸਟੈਂਟ ਨੂੰ ਕੋਈ ਲੈਣ ਬਣਾ ਕੇ ਵੀ ਯੂਜ਼ ਕਰਨ। ਕੁਛ ਵੀ ਹੋ ਸਕਤਾ ਯਾਰ। ਹੁਣ ਆਪਾਂ ਸਿੱਧੂ ਮੂਸੇਵਾਲੇ ਬਾਈ ਦੀ ਗੱਲਾਂ ਬਾਤਾਂ ਕਰ ਲੈਣੇ, ਤਾਂ ਆਪਾਂ ਸਿੱਧੂ ਬਾਈ ਦੇ ਸਕੈਚਸ ਨੂੰ ਡਿਸਕਸ ਕਰਾਂਗੇ। ਸਿੱਧੂ ਬਾਈ ਦੇ ਹੁਣ ਤੱਕ ਜਿਹੜੇ ਯੂਨੀਕ ਸਕੈਚ ਬਣੇ ਨੇ, ਹਰ ਸੈਲਿਬ੍ਰਿਟੀ ਦੇ ਫੈਨਸ ਉਹਨਾਂ ਦੇ ਸਕੈਚ ਜ਼ਰੂਰ ਡਰਾ ਕਰਦੇ ਨੇ, ਬਟ ਸਿੱਧੂ ਬਾਈ ਦਾ ਜਿਵੇਂ ਕਿ ਤੁਹਾਨੂੰ ਲੈਵਲ ਤੋਂ ਉਹਨਾਂ ਦੇ ਰੁਤਬੇ ਦਾ ਪਤਾ ਹੈ ਕਿ ਉਹਨਾਂ ਦੇ ਸਕੈਚ ਵੀ ਉਹਨਾਂ ਵਾਂਗ ਯੂਨੀਕ ਬਣਾਏ ਗਏ ਨੇ। ਬਾਤ ਸਹੀ ਹੈ। ਜਿਨ੍ਹਾਂ ਸਭ ਨਾਲ ਪਹਿਲਾਂ ਤਾਂ ਡਾਇਮੰਡ ਸਕੈਚ ਆਉਂਦਾ ਹੈ।
ਸਾਡੇ ਅਮੈਰੀਕਨ ਸਕੈਚ ਆਰਟਿਸਟ ਸਿੱਧੂ ਮੂਸੇਵਾਲੇ ਬਾਈ ਦਾ ਸਕੈਚ ਬਣਾਇਆ। ਸਿੱਧੂ ਬਾਈ ਦੇ ਸਕੈਚ ਗਲਾਸ ਕਰੈਕ ਕਰਨ ਨਾਲ ਵੀ ਬਣ ਜਾਂਦੇ ਨੇ ਤੇ ਇਨ ਦਾ ਫਿਊਚਰ ਸਿੱਧੂ ਮੂਸੇਵਾਲੇ ਬਾਈ ਦਾ ਇੱਕ ਸਟੈਚੂ ਵੀ ਬਣੇਗਾ ਯੂਕੇ ਦੇ ਕਿਸੇ ਮਿਊਜ਼ੀਅਮ ਵਿੱਚ। ਸਟੈਚੂ ਲਾਉਣ ਦੀ ਪ੍ਰਵਾਨਗੀ ਮੰਗਦੇ ਆ ਵੀ ਅਸੀਂ ਆਪਣੇ ਮਿਊਜ਼ੀਅਮ ਚ ਜਾ ਉੱਥੇ ਕਿਤੇ ਲਾ ਸਕਦੇ ਹਾਂ। ਕਿ ਵਾਈ ਨਾਟ ਲਾ ਸਕਦੇ ਹੋ। ਸਿੱਧੂ ਬਾਈ ਇਜ਼ ਐਵਰੀਵੇਅਰ, ਜਿਵੇਂ ਕਿ ਉਹਨਾਂ ਦੀ ਮਦਰ ਜੀ ਨੇ ਵੀ ਅੱਜ ਇੱਕ ਸਟੋਰੀ ਪਾਈ ਇੰਸਟਾਗ੍ਰਾਮ ਤੇ ਜਿਹਦੇ ਚੋਂ ਸਿੱਧੂ ਬਾਈ ਤੇ ਪ੍ਰਾਊਡ ਕਰ ਰਹੇ ਨੇ। ਕੀ ਤੁਸੀਂ ਦੱਸ ਸਕਦੇ ਜੇ ਕਿ ਉਹ ਕਿਹੜਾ ਫਸਟ ਇੰਡੀਅਨ ਆਰਟਿਸਟ ਜਾਂ ਇੰਡੀਅਨ ਰੈਪਰ ਹੈ ਜਿਹਦੇ 10+ ਗਾਣੇ ਸਪੋਟੀਫਾਈ ਤੇ ਹੋਣ ਤੇ 100 million+ ਸਟ੍ਰੀਮਸ ਕੈਰੀ ਕਰਦੇ ਹੋਣ? ਤੇ ਯੈਸ ਮੇਰੀ ਜਾਨ ਹੈ ਤੇ ਤੁਹਾਡੇ ਚ ਕਈਆਂ ਦਾ ਜਵਾਬ ਹੋਏਗਾ ਕਿ ਸਿੱਧੂ ਮੂਸੇਵਾਲਾ, ਜਿਨ੍ਹਾਂ ਨੇ 10 ਗਾਣੇ ਸਪੋਟੀਫਾਈ ਤੇ 100 million+ ਸਟ੍ਰੀਮਸ ਕੈਰੀ ਕਰਦੇ ਨੇ, ਜਿਨ੍ਹਾਂ ਚੋਂ 295 ਸੌਂਗ 275 million+ ਸਟ੍ਰੀਮਸ, ਨੈਵਰ ਫੋਲਡ 166 million+ ਸਟ੍ਰੀਮਸ, ਲਾਸਟ ਐਂਡ 158 million+ ਸਟ੍ਰੀਮਸ, ਰੈਵਲਸ 149 million+ ਸਟ੍ਰੀਮਸ, ਸਿੱਧੂ ਮੂਸੇਵਾਲੇ ਬਾਈ ਦੀ ਸੇਮ ਵੀ ਟਰੈਕ 122 million+ ਸਪੋਟੀਫਾਈ ਸਟ੍ਰੀਮਸ, ਸਿੱਧੂ ਬਾਈ ਦੀ ਐਵਰੀਬਾਡੀ ਹਾਰਟਸ ਟਰੈਕ 110 million+ ਸਪੋਟੀਫਾਈ ਸਟ੍ਰੀਮਸ ਕੈਰੀ ਕਰਦੀ, ਸਿੱਧੂ ਮੂਸੇਵਾਲੇ ਬਾਈ ਦੀ 0 to 100 ਟਰੈਕ 106 million+ ਸਪੋਟੀਫਾਈ ਸਟ੍ਰੀਮਸ ਕੈਰੀ ਕਰਦੀ, ਸਿੱਧੂ ਮੂਸੇਵਾਲੇ ਬਾਈ ਦੀ ਦੀਸ ਡੇਸ ਟਰੈਕ ਦੀ ਗੱਲ ਕਰਨੀ ਤੇ ਉਹ 102 million+ ਸਪੋਟੀਫਾਈ ਸਟ੍ਰੀਮਸ ਕੈਰੀ ਕਰਦੀ, ਸਿੱਧੂ ਮੂਸੇਵਾਲੇ ਬਾਈ ਦੀ ਓਲਡ ਸਕੂਲ ਟਰੈਕ ਦੀ ਗੱਲ ਕਰਨੀ ਤੇ ਉਹ ਵੀ 100 million+ ਸਪੋਟੀਫਾਈ ਸਟ੍ਰੀਮਸ ਰੱਖਦੀ, ਤੇ ਸਿੱਧੂ ਮੂਸੇਵਾਲੇ ਬਾਈ ਦੀ ਆਊਟਲਾ ਟਰੈਕ ਦੀ ਗੱਲ ਕਰ ਰਹੀ ਹੈ ਜੋ ਕਿ ਅਗੇਨ 100 million+ ਦੇ ਮਾਰਕਅਪ ਨੂੰ ਟੱਚ ਕਰਦੀ। ਤੋ ਯਸ, ਸਿੱਧੂ ਬਾਈ ਵਰਗਾ ਕੋਈ ਵੀ ਨਹੀਂ, ਸਿੱਧੂ ਬਾਈ ਦੇ ਰਿਕਾਰਡ ਅਨਬ੍ਰੇਕੇਬਲ ਨੇ। ਪਤਾ ਹੀ ਆ ਤੁਹਾਨੂੰ, ਆਓ ਜੱਟ ਦਾ ਮੁਕਾਬਲਾ, ਦੱਸ ਮੈਨੂੰ ਕਿੱਥੇ ਆਈ ਨੀ।